are watching Channel Y. Channel Y, a South Asian Canadian channel. Hi, this is Priyanka Chopra and you are watching Channel Y. ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਰਵਿਸ ਟੈਕਸ ਚੋਰੀ ਤੇ ਵੱਡਾ ਖੁਲਾਸਾ ਕੀਤਾ ਗਿਆ ਹੈ। ਸਿੱਧੂ ਨੇ ਇੱਕ ਨਿੱਜੀ ਕੇਬਲ ਆਪਰੇਟਰ ਕੰਪਨੀ ਤੇ ਸਰਵਿਸ ਟੈਕਸ ਰਾਹੀਂ ਕਰੋੜਾਂ ਰੁਪਏ ਦਾ ਘੁਟਾਲਾ ਕੀਤੇ ਜਾਣ ਦੀ ਗੱਲ ਕਹੀ ਹੈ। ਇਸ ਕੇਬਲ ਆਪਰੇਟਰ ਕੰਪਨੀ ਨੂੰ ਸਰਵਿਸ ਟੈਕਸ ਵਿੱਚ ਕੀਤੀ ਗਈ ਚੋਰੀ ਦਾ ਭੁਗਤਾਨ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਸਿੱਧੂ ਦੇ ਦਾਅਵੇ ਮੁਤਾਬਕ ਇਹ ਘੁਟਾਲਾ 2100 ਕਰੋੜ ਰੁਪਏ ਦਾ ਹੈ। ਡਾਇਰੈਕਟਰ ਜਨਰਲ ਆਫ GST ਇੰਟੈਲੀਜੈਂਸ ਦੇ ਹਵਾਲੇ ਨਾਲ ਭੇਜੇ ਗਏ ਇਸ ਨੋਟਿਸ ਵਿੱਚ ਨਿੱਜੀ ਕੇਬਲ ਆਪਰੇਟਰ ਕੰਪਨੀ ਵਿੱਚੋਂ ਹਟਾਉਣ ਦੀ ਗੱਲ ਕਹੀ ਗਈ ਹੈ, ਜਿਸ ਨੂੰ ਕੰਪਨੀ ਵੱਲੋਂ ਮੋਟੀ ਤਨਖਾਹ ਦਿੱਤੀ ਜਾਂਦੀ ਹੈ। ਦੱਸਦੀ ਹੈ ਕਿ ਸਰਵਿਸ ਟੈਕਸ ਚੋਰੀ ਇੱਕ ਬੇਹੱਦ ਗੰਭੀਰ ਅਪਰਾਧ ਨੇ। ਇਸ ਨੋਟਿਸ ਵਿੱਚ 100% ਮੂਲ ਨਾਲ 100% ਵਿਆਜ ਲੈਣ ਦਾ ਹਵਾਲਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੋਕਲ ਕੇਬਲ ਆਪਰੇਟਰਾਂ ਨੂੰ ਵੀ ਨੋਟਿਸ ਭੇਜੇ ਗਏ ਨੇ। ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹਨਾਂ ਨੋਟਿਸਾਂ ਤੋਂ ਸਰਵਿਸ ਟੈਕਸ ਵਿਭਾਗ ਨੂੰ ਜੋ ਰਕਮ ਮਿਲੇਗੀ ਉਸ ਵਿੱਚੋਂ 62% ਪੰਜਾਬ ਸਰਕਾਰ ਨੂੰ ਮਿਲੇਗੀ। ਅੱਜ ਉਹ ਸਤਿਮੇਵ ਜਯਤੇ ਦੀ ਗਾਥਾ ਸੁਣਾਉਣ ਲੱਗਿਆ ਤੁਹਾਨੂੰ। 6/7/17 ਨੂੰ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ ਐਜ਼ ਮਿਨਿਸਟਰ ਲੋਕਲ ਸੈਲਫ ਗਵਰਨਮੈਂਟ ਅਤੇ ਸਰਵਿਸ ਟੈਕਸ ਦੀ ਚੋਰੀ ਦੀ ਗੱਲ ਕੀਤੀ ਸੀ। 2600 ਕਰੋੜ ਰੁਪਈਆ, ਇਹ 10 ਸਾਲ ਦੀ ਸੀ। ਸਰਕਾਰ ਸਿਰਫ 5 ਸਾਲ ਦਾ ਹੀ ਕਲੇਮ ਕਰ ਸਕਦੀ ਹੈ, ਜਿੰਨਾ ਸਮਾਂ ਲੰਘ ਗਿਆ ਉਹਦਾ ਕਲੇਮ ਨਹੀਂ ਹੁੰਦਾ। ਅਤੇ ਕਲੇਮ ਉਨਾ ਹੀ ਬਣਾਇਆ ਜਿੰਨਾ ਬਣਾ ਸਕਦੇ ਸੀ। ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਐਸੀ ਤਰਥੱਲੀ ਮਚੀ ਕਿ ਜਿਹੜਾ ਲੁਧਿਆਣੇ ਵਾਲਾ ਪੰਜਾਬ ਦਾ ਆਫਿਸ ਸੀ ਉਹਨੂੰ ਪਾਸੇ ਕਰਕੇ ਡਾਇਰੈਕਟਰ ਜਨਰਲ ਆਫ GST ਇੰਟੈਲੀਜੈਂਸ ਵਿਚ ਇਜ਼ ਅ ਪ੍ਰੀਮੀਅਰ ਇਨਵੈਸਟੀਗੇਟਿੰਗ ਏਜੰਸੀ ਉਹਦੇ ਹਵਾਲੇ ਕੇਸ ਕੀਤਾ ਗਿਆ। ਔਰ ਉਸ ਇਨਵੈਸਟੀਗੇਟਿੰਗ ਏਜੰਸੀ ਨੇ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਅੱਜ ਗੁਰਦੀਪ ਸਿੰਘ MD ਫਾਸਟਵੇ ਨੂੰ 303 ਕਰੋੜ ਦਾ ਨੋਟਿਸ ਇੱਕ ਦਿੱਤਾ ਜੀ। 3 ਕਰੋੜ ਉਹਦੇ CA ਸ਼੍ਰੀ ਰਾਜੇਸ਼ ਮਹਿਰੂ ਨੂੰ ਰੈਸਟੀਗੇਟ ਕਰਨ ਦੀ ਰਿਕਮੈਂਡੇਸ਼ਨ ਕਰਤੀ, ਉਹਨੂੰ ਚਾਰਟਰਡ ਅਕਾਊਂਟੈਂਸੀ ਤੋਂ ਹਟਾਇਆ ਗਿਆ। ਉਹ ਵੱਡਾ ਪਾਟੇਖਾਂ ਬਣਦਾ ਸੀ। ਤੇ CEO ਸ਼੍ਰੀ ਪਿਊਸ਼ ਮਹਾਜਨ, GM ਅਕਾਊਂਟਸ ਸ਼੍ਰੀ ਚਮਨ ਲਾਲ ਕਟਿਆਲ ਰਿਗਾਰਡਿੰਗ ਇਵੇਜ਼ਨ ਆਫ ਸਰਵਿਸ ਟੈਕਸ 303 ਕਰੋੜ ਰੁਪਈਏ। MSFTPL have been required to show cause notice as to why the said amount of 303 crore should not be recovered from them together with interest and why penalty should not be imposed. Ida matlab eh hai ki 100% penalty pao ਤੇ 100% ਸੂਦ ਪਾਓ ਇੰਟਰਸਟ। ਇਹ ਤੋਂ ਕੋਈ ਬਚ ਨਹੀਂ ਸਕਦਾ, ਮਤਲਬ ਬੰਦਾ ਪਤਾਲ 'ਚ ਵੀ ਲੁਕ ਜੇ ਨਾ ਉੱਥੋਂ ਵੀ ਕੱਢ ਲਿਆਉਂਦੇ ਆ, ਇਹ 'ਚ ਕੋਈ ਨਹੀਂ ਬਚ ਸਕਦਾ। ਪ੍ਰੋਪਰਟੀਆਂ ਵੀ ਅਟੈਚ ਹੁੰਦੀਆਂ, ਪ੍ਰੋਪਰਟੀਆਂ ਵਿਕਦੀਆਂ ਵੀ ਨੇ ਅਤੇ ਅੱਗੇ ਡਿਸਪੋਜ ਆਫ ਵੀ ਹੁੰਦੀਆਂ ਨੇ। ਇਹਦੇ 'ਚ ਇਹ ਦੱਸਾਂ ਮੈਂ ਵੀ ਇਹ 303 ਕਰੋੜ ਉਹ ਅਮਾਊਂਟ ਨਹੀਂ ਇਨਕਲੂਡ ਕਰਦਾ ਜਿਹੜੀ ਟਾਈਮ ਬਾਰਡ ਸੀ, ਮਤਲਬ 2008 ਤੋਂ ਲੈ ਕੇ 2013 ਤੱਕ ਦਾ ਜਿਹੜਾ ਟੈਕਸ ਰਿਵੀਜ਼ਨ ਹੈ ਇਹ ਇਨਕਲੂਡ ਨਹੀਂ ਕਰਦਾ, ਕਿਉਂਕਿ ਟੈਕਸ ਦੇ ਪ੍ਰਵਿਊ ਦੇ ਵਿੱਚ ਨਹੀਂ ਹੈ, ਰੂਲਾਂ ਦੇ ਵਿੱਚ ਨਹੀਂ ਹੈ। ਹਾਲਾਂਕਿ ਚੋਰੀ ਉਹ ਵੀ ਇਹਦੇ ਨਾਲੋਂ ਵੱਡੀ ਹੈ, ਮਤਲਬ ਪੰਜਾਬ ਸਰਕਾਰ ਦੀ ਤਾਂ ਖੜੀ ਹੈ, ਮੇਰੀ ਗੱਲ ਨੂੰ ਸਮਝ ਲਓ। ਮੈਂ ਤੁਹਾਨੂੰ ਦੱਸ ਦੂੰ, ਅੰਦਾਜ਼ਾ ਦੱਸ ਦੂੰ, ਜੇ ਆਪਾਂ 50 ਰੁਪਈਏ ਪਰ ਕਨੈਕਸ਼ਨ ਲਾਈਏ ਤਾਂ 5000 ਕਰੋੜ ਦੀ ਹੈ। ਜੇ 25 ਰੁਪਈਏ ਲਾਈਏ, ਜੇ 25 ਰੁਪਈਏ ਲਾਈਏ ਪਰ ਕਨੈਕਸ਼ਨ, ਹਾਂਜੀ, ਤੇ 3000 ਕਰੋੜ ਦੀ 10 ਸਾਲਾਂ ਦੇ ਵਿੱਚ ਇੱਕ ਮਹੀਨੇ ਦਾ। ਜੇ 50 ਰੁਪਈਏ ਜਿਹੜੇ ਹੋਰ ਸਟੇਟ ਕਲੇਮ ਕਰਦੇ ਆ, ਜਿਹੜਾ ਸਾਡੇ 'ਚ ਪ੍ਰੋਵੀਜ਼ਨ ਸੀ ਉਹ 25 ਰੁਪਏ ਦੀ ਸੀ,
ਜਿਹੜੀ ਕਿ ਨਾ ਮਾਤਰ ਤੋਂ ਵੀ ਥੱਲੇ ਸੀ। ਅਤੇ ਜੇ ਤੁਸੀਂ 25 ਕਰੋੜ ਰੁਪਈਆ ਲਾਓ ਅਤੇ ਮਹੀਨੇ ਦਾ 25 ਕਰੋੜ ਰੁਪਈਆ ਲਾ ਲਓ, ਸਾਲ ਦਾ ਕਿੰਨਾ ਹੋ ਗਿਆ? 300 ਅਤੇ 10 ਸਾਲ ਦਾ ਲਾ ਲਓ, ਇੱਕ ਸਾਲ ਦਾ 300 ਅਤੇ 10 ਸਾਲ ਦਾ ਲਾ ਲਓ, ਅਤੇ ਜੇ 50 ਹੈ ਅਤੇ 10 ਸਾਲ ਦਾ ਲਾ ਲਓ। ਮੈਂ ਤਾਂ ਹੀ ਕਹਿੰਦਾ ਇਹ ਬੜੀ ਵੱਡੀ ਗੇਮ ਹੈ, ਇਹ ਛੋਟੀ ਮੋਟੀ ਗੇਮ ਨਹੀਂ ਸੀ। ਇਹ ਸਟੇਟ ਨੂੰ ਚੂਨਾ ਛੋਟਾ ਮੋਟਾ ਨਹੀਂ ਲੱਗਿਆ, ਇਹ ਲੋਕਾਂ ਦੀਆਂ ਨਿੱਜੀ ਜੇਬਾਂ ਦੇ ਵਿੱਚ 1000 ਕਰੋੜ ਰੁਪਈਆ ਗਿਆ, ਸ਼ਾਇਦ ਹਜੇ ਵੀ ਜਾਂਦਾ ਹੋਵੇ, ਸ਼ਾਇਦ ਮੇਬੀ। ਹਾਂਜੀ, ਅਤੇ ਸਾਡੀ ਸਰਕਾਰ ਦੇਖੂਗੀ। ਮੈਂ ਤਾਂ ਉਦੋਂ ਦਾ ਰੌਲਾ ਪਾਉਣਾ, ਮੈਂ ਤਾਂ ਉਦੋਂ ਦਾ ਇਹੀ ਧਮੱਚੀ ਚੱਕੀ ਹੋਈ ਸੀ। ਦੀ ਕਮਿਸ਼ਨਰ ਸਰਵਿਸ ਟੈਕਸ ਜਲੰਧਰ ਹੈਜ਼ ਆਲਸੋ ਇਸ਼ੂਡ ਅ ਸ਼ੋਅ ਕੌਜ਼ ਨੋਟਿਸ ਡੇਟਡ 23/3/2018 ਟੂ ਹੈਥਵੇ। ਇਹਨਾਂ ਦੇ ਜਿਹੜੇ ਨਾਲ ਕੰਮ ਕਰਦੇ ਆ, ਹੈਥਵੇ, ਸੁਖਮ੍ਰਿਤ ਕੇਬਲ ਡਾਟਾਕੋਮ ਪ੍ਰਾਈਵੇਟ ਲਿਮਿਟਡ, ਇਟਸ ਐਮ ਡੀ ਫੇਰ ਗੁਰਦੀਪ ਸਿੰਘ, ਸੀ ਏ ਫੇਰ ਰਜੇਸ਼ ਮਥਾਰੂ, ਫੋਰ ਵਿਜ਼ਨ ਆਫ 19 ਕਰੋੜਸ। ਹਾਂਜੀ, ਇੱਕ ਇਹਦੀਆਂ ਜਿਹੜੀਆਂ 11-12 ਕੰਪਨੀਆਂ ਸੀ, ਉਹ ਸਾਡਾ ਬੱਬਰ ਸ਼ੇਰ ਬੈਠਾ, ਇਹਨਾਂ ਨੇ ਨਾਲ ਲਾ ਕੇ 56 ਕਰੋੜ ਉਹਨਾਂ ਦਾ ਨਿਕਲਦਾ ਜੀ, ਅਤੇ 56 ਇੰਟੂ 56 ਕਰ ਲਓ ਨਾਲ, ਟੋਟਲ ਕਿੰਨਾ ਹੋ ਗਿਆ? 200 ਕਰੋੜ ਬਣਦਾ, ਉਹ ਪੈਨਲਟੀਆਂ ਪਰੋਲਟੀਆਂ ਪਾ ਕੇ 200 ਕਰੋੜ ਉਹ ਬਣਦਾ ਜੀ। ਯੂ ਮਸਟ ਅੰਡਰਸਟੈਂਡ ਦੀ ਗ੍ਰੈਵਿਟੀ ਆਫ ਦੀ ਸਿਚੁਏਸ਼ਨ, ਕਿ ਕਿੰਨਾ ਬਣਦਾ। ਦੀ ਸਰਵਿਸ ਟੈਕਸ ਡਿਪਾਰਟਮੈਂਟ ਹੈਜ਼ ਇਸ਼ੂਡ ਮੋਰ ਦੈਨ 1500 ਸ਼ੋਅ ਕੌਜ਼ ਨੋਟਿਸਿਸ ਟੂ ਲੋਕਲ ਕੇਬਲ ਆਪਰੇਟਰਸ। ਹਮ ਤੋ ਡੂਬੇਂਗੇ ਸਨਮ, ਤੁਮੇ ਵੀ ਲੈ ਡੂਬੇਂਗੇ, ਜਿਹਦਾ ਨਾਲ ਇਹਨਾਂ ਨੇ 21,000 ਦਾ ਉਹ ਕੰਟਰੈਕਟ ਕੀਤਾ ਹੋਇਆ ਸੀ, ਨਾਲ ਸਾਰਿਆਂ ਨੂੰ ਬੰਨਿਆ ਹੋਇਆ ਸੀਗਾ, ਅਤੇ ਆਪਣੀ ਮੋਨੋਪਲੀ ਬਣਾਉਂਦਾ ਸੀ ਨਾ ਇਹ। ਵਕਤ ਕੀ ਅਜਬ ਚਾਲ ਹੈ ਪਿਆਰੇ, ਪਲਮੇ ਪਿਆਦੋਂ ਕੋ ਵਜ਼ੀਰ ਬਣਾ ਦੇ, ਔਰ ਕਭੀ ਜ਼ਰਾ ਸੀ ਇੱਕ ਗਲਤੀ ਪੇ, ਜ਼ਰਾ ਸੀ ਨਹੀਂ ਹੈ, ਕਭੀ ਜ਼ਰਾ ਸੀ ਇੱਕ ਗਲਤੀ ਪੇ, ਸ਼ਾਹਜ਼ਾਦੋਂ ਕੋ ਫਕੀਰ ਬਣਾ ਦੇ, ਤੂੰ ਤਾਂ ਚੂਪ ਗੰਨੇ, ਤੈਨੂੰ ਤਾਂ ਕਰਤਾ ਜਲੇਬੀਆਂ ਵਾਂਗੂ ਇਕੱਠਾ। ਅਗਲੀ ਸੁਣ ਲਓ, 336 ਕਰੋੜ ਸੁਣ ਲਓ ਜੀ, ਸੁਣ ਲਓ। The service tax department has issued more than 1500 show cause notices to local cable operators LOCs for evasion of 336 crore rupees. ਇਹਦਾ ਮਤਲਬ ਇਹ ਟੋਟਲ 658 ਕਰੋੜ ਰੁਪਈਏ ਪਲੱਸ 56 ਏ, ਇਹ 712 ਕਰੋੜ ਰੁਪਏ ਦੇ ਨੋਟਿਸ ਗਏ ਨੇ। ਕਿਉਂ ਜੀ? ਠੀਕ ਹੈ ਜੀ, 712 ਹਾਂਜੀ ਟੋਟਲ, ਇਹਦੇ 'ਚ ਐੱਲ ਓ ਸੀ ਵੀ ਆ ਗਏ, ਐੱਲ ਓ ਸੀ ਨੂੰ ਗਏ ਨੇ 336 ਕਰੋੜ ਦੇ, ਲੋਕਲ ਓਪਰੇਟਰ ਜਿਹੜਾ ਹੈਗਾ ਕੇਬਲ ਦਾ, ਅਤੇ ਗੁਰਦੀਪ ਨੂੰ ਇਕੱਲੇ ਨੂੰ ਗਏ ਨੇ 300 plus 19 322, ਸਮਝ ਨਹੀਂ, ਅਤੇ 56 ਕਰੋੜ ਰੁਪਈਏ ਦੇ ਨੋਟਿਸ ਨੇ ਜਿਹੜੀਆਂ ਦੀਆਂ ਬਾਕੀ ਦੀਆਂ ਕੰਪਨੀਆਂ ਨੇ। 712 ਦੇ ਉੱਤੇ 712 ਕਰੋੜ ਰੁਪਈਏ ਪੈਨਲਟੀ, 100% ਪੈਨਲਟੀ ਹੈ ਮਹਾਰਾਜ, 100% ਇੰਟਰਸਟ ਹੈ, ਇਹਦੇ ਤੋਂ ਭੱਜ ਨਹੀਂ ਸਕਦਾ ਕੋਈ। ਇਹ ਮਤਲਬ ਨਾ ਅੱਜ ਤੱਕ ਕਿਸੇ ਕੋਰਟ ਨੇ ਛੱਡਿਆ, ਨਾ ਕਿਸੇ ਬੰਦੇ ਹੋਰ ਨੇ ਛੱਡਿਆ, ਘਰ ਘੁਰ ਸਾਰਾ ਕੁਝ ਬਾਰ ਬੂਰ ਵੇਚ ਬੂਝ ਕੇ ਵੀ ਫਿਰ ਵੀ ਨਿਚੋੜ ਦਿੰਦੇ ਨਿੰਬੂ ਵਾਂਗੂ, ਅਤੇ ਨਿੰਬੂ ਤੋਂ ਵੀ ਕੌੜਾ ਰਸ ਆਉਂਦਾ ਉਦੋਂ ਵੀ ਨਿਚੋੜਦੇ ਰਹਿੰਦੇ। ਗੱਲ ਨੂੰ ਸਮਝ ਲਓ, ਇਹ ਤੋਂ ਭੱਜਿਆ ਨਹੀਂ ਕੋਈ, ਨਾ ਬਚਿਆ ਨਾ ਭੱਜਿਆ, ਪ੍ਰੋਪਰਟੀਆਂ ਵੀ ਜਾਣਗੀਆਂ, ਸਭ ਕੁਝ ਜਾਊਗਾ। ਪੁੱਛਿਆ ਇਹ ਤੋਂ ਵੀ ਤੇਤੇ ਪੈਨਲਟੀ ਕਿਉਂ ਨਾ ਲੱਗੇ ਮਿੱਤਰਾ, ਤੇਤੇ ਇੰਟਰਸਟ ਵੀ ਕਿਉਂ ਨਾ ਲੱਗੇ, ਪੈਨਲਟੀ ਪਾ ਲਓ, ਇੰਟਰਸਟ ਪਾ ਲਓ, ਅਤੇ ਓਰੀਜਨਲ ਅਮਾਊਂਟ ਪਾ ਲਓ, 2100 ਕਰੋੜ ਤੋਂ ਉੱਤੇ ਬਣਦੀ ਹੈ ਜੀ। ਹੁਣ ਇਹ 'ਚ ਕੈਚ ਕੀ ਹੈ ਕਿ 2100 ਕਰੋੜ 'ਚੋਂ 62% ਪੰਜਾਬ ਸਰਕਾਰ ਦਾ ਹੈ, ਜਿਹੜਾ ਸੈਂਟਰ ਦੀ ਸਰਕਾਰ ਰਿਕਵਰ ਕਰਕੇ ਸਰਕਾਰ ਪੰਜਾਬ ਨੂੰ ਦਊ। ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।